ਗੁੱਡ ਮਾਰਨਿੰਗ ਡੀਅਰ ਸਟੂਡੈਂਟਸ ਯੂकेजी ਲੋਟਸ ਐਂਡ ਰੋਜ਼ ਸਬਜੈਕਟ ਪੰਜਾਬੀ ਸੋ ਸਾਡਾ ਅੱਜ ਦਾ ਵਿਸ਼ਾ ਹੈ ਅਦਕ ਅਦਕ ਕਰਨ ਤੋਂ ਪਹਿਲਾਂ ਬੇਟਾ ਅਸੀਂ ਥੋੜੀ ਰਿਵੀਜ਼ਨ ਕਰਾਂਗੇ ਅਸੀਂ 10 ਮਾਤਰਾ ਕੀਤੀਆਂ ਸੀ ਜਿੰਨਾ ਵਿੱਚ ਮੁਕਤਾ ਕੰਨਾ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਲਾਂ ਦੁਲਾਵਾਂ ਫਿਰ ਹੋੜਾ ਕਨੌਣਾ ਫਿਰ ਲਗਾ ਅੱਖਰਾਂ ਵਿੱਚੋਂ ਅਸੀਂ ਕੀਤਾ ਸੀ ਬਿੰਦੀ ਫਿਰ ਟਿੱਪੀ ਸੋ ਸਾਡਾ ਅੱਜ ਦਾ ਵਿਸ਼ਾ ਹੈ ਅਦਕ ਅਦਕ ਦੀ ਮਾਤਰਾ ਸੌਰੀ ਲਗਾਖਰ ਵਿੱਚ ਅਦਕ ਕਰਨ ਤੋਂ ਪਹਿਲਾਂ ਬੱਚੇ ਸੀ ਥੋੜਾ ਦੇਖਾਂਗੇ ਅਦਕ ਦਾ ਸਾਊਂਡ ਕੀ ਹੈ ਜਿਸ ਤਰ੍ਹਾਂ ਇੱਥੇ ਲਿਖਿਆ ਅਦਕ ਐੜਾ ਤੱਦਾ ਕਕਾ ਜਿਹੜਾ ਉੱਤੇ ਆਪਾਂ ਅਦਕ ਪਾ ਦਿੱਤਾ ਇਹਨੇ ਇਸ ਐੜੇ ਦੀ ਆਵਾਜ਼ ਨੂੰ ਨਹੀਂ ਤੱਦੇ ਦੀ ਆਵਾਜ਼ ਨੂੰ ਥੋੜਾ ਸਟ੍ਰੈਸ ਦੇਣਾ ਹੈ ਜਿਸ ਤਰ੍ਹਾਂ ਮੰਨ ਲਓ ਬੱਚੇ ਇੰਗਲਿਸ਼ 'ਚ ਡਬਲ ਐਲ ਪੈਂਦਾ ਜਦਾਂ ਡਬਲ ਈ ਪੈਂਦੀ ਹੈ ਇਸੇ ਤਰ੍ਹਾਂ ਹੀ ਮੰਨ ਲਓ ਆਪਾਂ ਲਿਖਣਾ ਹੈ ਡਬਲ ਸਾਊਂਡ ਨੂੰ ਲਿਖਣ ਲਈ ਪੰਜਾਬੀ ਵਿੱਚ ਡਬਲ ਅੱਖਰ ਨਹੀਂ ਲਿਖੇ ਜਾਂਦੇ ਤੇ ਇਸ ਲਈ ਅਦਕ ਦੀ ਵਰਤੋਂ ਕੀਤੀ ਜਾਂਦੀ ਜਿਸ ਤਰ੍ਹਾਂ ਮੰਨ ਲਓ ਅਸੀਂ ਲਿਖਣਾ ਹਾ ਹਾ ਸ ਸ ਉੱਤੇ ਅਦਕ ਹੱਸ ਇਹ ਸਾਡੇ ਕੋਲ ਹੋ ਗਿਆ ਹਾ ਹਾ ਜਮਾ ਸ ਜਮਾ ਸਸਾ ਇਹ ਸਾਉਂਡ ਸਸੇ ਦੀ ਸਾਉਂਡ ਜਿਹੜੀ ਆ ਦੋ ਆ ਹਾ ਹਾ ਸਸ ਹਸ ਸੋ ਅਧਕ ਦੇ ਜਿਹੜਾ ਜਿੱਥੇ ਅਧਕ ਪੈ ਜਾਂਦਾ ਅਧਕ ਵੇਖੋ ਬੱਚੇ ਲਿਖਿਆ ਕਿੱਦਾਂ ਜਾਂਦਾ ਇਦਾਂ ਯੂ ਦੀ ਸ਼ੇਪ ਦੇ ਵਿੱਚ ਔਰ ਲਾਈਨ ਤੋਂ ਉੱਪਰ ਲਿਖਿਆ ਜਾਂਦਾ ਅੱਖਰ ਦੇ ਉੱਤੇ ਲਿਖਿਆ ਜਾਂਦਾ ਸੋ ਅਧਕ ਜਦੋਂ ਪੈਂਦਾ ਇਹਨੇ ਜਿਹੜੇ ਅੱਖਰ ਤੇ ਪੈਂਦਾ ਉਹ ਸੱਖਰ ਨੂੰ ਨਹੀਂ ਉਸ ਤੋਂ ਅਗਲੇ ਅੱਖਰ ਦੀ ਜਿਹੜੀ ਸਾਉਂਡ ਆ ਉਹਨੂੰ प्रैशर दे देना थोड़ा स्ट्रैस दे देना उस साउंड सो so, अदक जिस तरह मान लो असी लिखना इस तरह हिंदी लिखा जाता जिस तरह मान लो कच्चा लिखा हिंदी कच्चा इदा लिखा जाएगा चचे दो साउंड ने कदा च फिर च च, च चा, ये क्या बन गया कच्चा लेकिन जेकर अंपाबी से लिखना है कका चचेक चाह एक ही बन गया कचा ਲੇਕਿਨ ਅਸੀਂ ਲਿਖਣਾ ਹੈ ਕੱਚਾ ਤੇ ਅਸੀਂ ਲਿਖਾਂਗੇ ਇਸ ਤਰ੍ਹਾਂ ਕੱਕਾ ਉੱਤੇ ਅਦਕ ਚਿੱਚੇ ਕੰਨਾ ਚਾ ਇਹਦਾ ਮਤਲਬ ਕੱਕੇ ਦੇ ਉੱਤੇ ਅਦਕ ਆ ਲੇਕਿਨ ਇਹਨੇ ਚੱਚੇ ਦੀ ਆਵਾਜ਼ ਨੂੰ ਥੋੜਾ ਵਧਾ ਦਿੱਤਾ ਕੱਕੇ ਅਦਕ ਚਿੱਚੇ ਕੰਨਾ ਚਾ ਕੱਚਾ ਸੋ ਇਸ ਤਰ੍ਹਾਂ ਜਿਸ ਤਰ੍ਹਾਂ ਮੰਨ ਲਓ ਅਸੀਂ ਲਿਖ ਰਹੇ ਆ ਦੱਦਾ ਸੱਸਾ ਦਸ ਵਿੱਚ ਅਸੀਂ ਗਿਣਤੀ ਕੀਤੀ ਸੀ ਆ ਨੰਬਰ ਜੇਕਰ ਅਸੀਂ ਇੱਥੇ ਲਿਖ ਦਈਏ ਦੱਦਾ ਸ ਦੱਦੇ ਅਦਕ ਤੇ ਦੱਦੇ ਅਦਕ ਸ ਇਹ ਕੀ ਬਣ ਗਿਆ 10 ਮੈਨੂੰ ਕੋਈ ਗੱਲ ਦੱਸ ਜਿਸ ਤਰ੍ਹਾਂ ਮੰਨ ਲਓ ਆਪਾਂ ਲਿਖਦੇ ਆ ਪਪਾ ਤਾਂ ਤੇ ਕੰਨਾ ਤਾ ਇਹ ਕੀ ਬਣ ਗਿਆ ਬੱਚੇ ਪਤਾ ਪਤਾ ਮਤਲਬ ਮੈਨੂੰ ਉਹਦਾ ਪਤਾ ਦੱਸ ਐਡਰੈਸ ਕਿੱਥੇ ਹੋ ਰਿਹਾ ਹੁਣ ਜੇ ਮੰਨ ਲਓ ਅਸੀਂ ਪੱਤੇ ਅਧਿਕ ਪਾ ਦਿੰਨੇ ਆ ਤੱਤੇ ਕੰਨਾ ਤਾਂ ਇਹ ਕੀ ਬਣ ਗਿਆ ਪੱਤਾ ਸੋ ਤੱਤੇ ਦੀ ਡਬਲ ਸਾਊਂਡ ਆ ਜਿੱਥੇ ਅਧਿਕ ਪੈ ਗਿਆ ਜਿਹੜੇ ਅੱਖਰ ਤੇ ਉਹਦੇ ਅਗਲੇ ਜਿਹੜੇ ਅੱਖਰ ਦੀ ਸਾਊਂਡ ਆ ਉਹ ਡਬਲ ਹੋ ਜੇਗੀ ਉਹਨੂੰ ਥੋੜਾ ਪ੍ਰੈਸ਼ਰ ਮਿਲ ਜਾਏਗਾ ਸੋ ਜਿਸ ਤਰ੍ਹਾਂ ਮੰਨ ਲਓ ਹੀ ਲਿਖਿਆ ਪਪਾ ਕੱਕੇ ਕੰਨਾ ਕਾ ਇਹ ਕੀ ਬਣ ਗਿਆ ਪਕਾ ਜਾਂ ਰੋਟੀ ਪਕਾ ਜੇਕਰ ਅਸੀਂ ਇਹਦੇ ਉੱਪੀ ਦੁੱਤੀ ਅਧਕ ਪਾ ਦਾਂਗੇ ਕੱਕੇ ਕੰਨਾ ਕਾ ਇਹ ਕੀ ਬਣ ਗਿਆ ਪੱਕਾ ਜਿਸ ਤਰ੍ਹਾਂ ਘਰ ਪੱਕਾ ਆ ਜਾਂ ਅੰਬ ਪੱਕਾ ਆ ਸੇਬ ਪੱਕਾ ਆ ਇਹ ਬੋਲ ਦਿੰਦੇ ਨਾ ਪੱਕਾ ਸੋ ਬੱਚੇ ਅਧਕ ਦਾ ਜਿਹੜਾ ਆਵਾਜ਼ ਆ ਜਿਹੜੇ ਅੱਖਰ ਤੇ ਅਧਕ ਪਾਇਆ ਜਾਂਦਾ ਇਸ ਤਰ੍ਹਾਂ ਯੂ ਸ਼ੇਪ ਚ ਉੱਪਰਲੇ ਪਾਸੇ ਪਾਇਆ ਜਾਂਦਾ ਜਿਹੜੇ ਜਿਹੜੇ ਅੱਖਰ ਤੇ ਅਧਕ ਆ ਉਹਦੋਂ ਅਗਲੀ ਸਾਊਂਡ ਨੂੰ ਇਹ ਪ੍ਰੈਸ਼ਰ ਦਿੰਦਾ ਹੈ ਸਵਾ ਕਰਦੇ ਆ ਅਦਕ ਸਸੇ ਅਦਕ ਪੱਪਾ ਸੱਪ ਐੜੇ ਅਦਕ ਖਖਾ ਅੱਖ ਬੱਬੇ ਨੂੰ ਸਿਹਾਰੀ ਬੀ ਉੱਤੇ ਅਦਕ ਲੱਲੇ ਨੂੰ ਬਿਹਾਰੀ ਲੀ ਬਿੱਲੀ ਤੱਤੇ ਨੂੰ ਸਿਹਾਰੀ ਤੀ ਉੱਤੇ ਅਦਕ ਤੱਤਾ ਲੱਲੇ ਬਿਹਾਰੀ ਲੀ ਪਿੱਤ ਲੀ

ਸਸੇ ਅਦਕ ਕਕਾ ਸਖ ਟੈਂਕੇ ਅਦਕ ਕਕਟਕ ਈੜੀ ਬਿਹਾਰੀ ਸੌਰੀ ਈੜੀ ਸਿਹਾਰੀ ਉੱਤੇ ਅਦਕ ਕਕਾ ਇੱਕ ਚੱਚੇ ਸਿਹਾਰੀ ਉੱਤੇ ਅਦਕ ਕਕਾ ਚਿਕ ਹਾਹੇ ਸਿਹਾਰੀ ਉੱਤੇ ਅਦਕ ਕਕਾ ਇੱਕ ਸਸੇ ਸਿਹਾਰੀ ਉੱਤੇ ਅਦਕ ਕਕਾ ਸਿਕ ਸੋ ਇਸ ਤਰ੍ਹਾਂ ਹੀ ਤਿੰਨ ਨਖਰੀ ਸ਼ਬਦ ਨੇ ਚੱਚੇ ਅਦਕ ਕੱਕਾ ਰਾਰੇ ਬਿਹਾਰੀ ਰੀ ਚੱਕਰੀ ਦੱਬੇ ਅਦਕ ਕੱਕਾ ਰਾਰੇ ਬਿਹਾਰੀ ਰੀ ਬੱਕਰੀ ਕ ਕਗੇ ਅਦਕ ਗੱਗਾ ਰਾਰੇ ਬਿਹਾਰੀ ਰੀ ਕਗਰੀ ਲੱਲੇ ਅਦਕ ਕੱਕਾ ਰਾੜਾ ਲੱਕੜ ਕਗੇ ਕਗੇ ਅਦਕ ਗੱਗਾ ਰਾਰਾ ਕਗਰ ਫਫੇ ਅਦਕ ਕੱਕਾ ਰਾੜਾ ਫੱਕੜ ਸੋ ਧੀਏ ਸਟੂਡੈਂਟ ਤੁਸੀਂ ਫੁੱਲ ਪੇਜ ਰੀਡਿੰਗ ਕਰਨੀ ਹੈ ਔਰ ਅਦਕ ਵਾਲੇ ਸ਼ਬਦ ਤੁਸੀਂ ਲਰਨ ਵੀ ਕਰਨੇ ਆ ਤੇ ਲਿਖਣੇ ਵੀ ਆ థాంਕ ਯੂ